ਅੱਜ 8 ਤਰੀਕਾਂ ਪੈ ਗਈਆਂ ਚਾਰਜ ਫਰੇਮ ਹੁੰਦਿਆਂ ਨੂੰ, ਪਰੰਤੂ ਲੱਗਣ ਨਹੀਂ ਦਿੰਦੇ। ਆਈ ਵਾਰ ਨਵੀਂ ਐਪਲੀਕੇਸ਼ਨ ਲਾ ਦੇਣੀ, ਆਈ ਵਾਰ ਨਵੀਂ ਐਪਲੀਕੇਸ਼ਨ ਲਾ ਦੇਣੀ। ਅਸੀਂ ਗੱਲਾਂ ਕਰਦੇ ਹਾਂ ਪੰਥ ਦੀਆਂ, ਗੱਲਾਂ ਕਰਦੇ ਹਾਂ ਸਾਡੇ ਏਕੇ ਦੀਆਂ, ਸਾਡਾ ਏਕਾ ਕਿੱਥੇ ਹੈ? ਅਸੀਂ ਸਿਰ 'ਤੇ ਬੰਨ੍ਹਣ ਵਾਲੇ ਪੱਗ, ਬੇਸ਼ੱਕ ਵਕੀਲ ਭਰਾਵਾਂ ਦਾ ਪੇਸ਼ਾ ਹੈ, ਰੁਜ਼ਗਾਰ ਹੈ, ਮੈਂ ਮੰਨਦਾ ਇਸ ਗੱਲ ਨੂੰ, ਪਰ ਰੁਜ਼ਗਾਰ ਦਾ ਮਤਲਬ ਵੀਰੋ ਇਹ ਵੀ ਨਹੀਂ ਹੁੰਦਾ ਵੀ ਕੱਲ੍ਹ ਨੂੰ ਕੋਈ ਬੰਦਾ ਮੈਨੂੰ ਠੇਕੇ 'ਤੇ ਕਹਿ ਦੇ ਤਾਂ ਬੱਚਾ 10 ਬੋਤਲਾਂ ਵੇਚ ਲੈ ਤੁਹਾਨੂੰ ਚੰਗੀ ਕਮਾਈ ਹੋ ਜਾਊਗੀ, ਪਰੰਤੂ ਮੇਰੀ ਆਤਮਾ ਮੈਨੂੰ ਝਿੜਕੂਗੀ ਵੀ ਤੇਰਾ ਪੁੱਤ ਤੈਨੂੰ ਇੱਜ਼ਤ ਦੀ ਰੋਟੀ ਦੇ ਕੇ ਗਿਆ, ਤੂੰ ਬੋਤਲਾਂ ਵੇਚ ਕੇ ਪੈਸਾ ਕਿਉਂ ਕਮਾਉਣਾ? ਤੂੰ ਕਿਸੇ ਦੇ ਘਰੇ ਸ਼ਰਾਬ ਵੇਚ ਕੇ ਪੈਸਾ ਕਿਉਂ ਕਮਾਉਣਾ? ਹਰੇਕ ਬੰਦੇ ਦੀ ਆਤਮਾ ਸਵਾਲ ਪੁੱਛਦੀ ਹੈ ਉਹਨੂੰ। ਤੁਸੀਂ ਸਿਰ 'ਤੇ ਪੱਗ ਬੰਨਦੇ ਹੋ, ਸਾਡਾ ਇਸ਼ਟ ਇੱਕ ਹੈ, ਉਹ ਤੁਹਾਡੇ ਇਲਾਕੇ ਦਾ ਜਵਾਕ ਹੈ, ਕੱਲ੍ਹ ਤੁਹਾਡੀਆਂ ਗਲੀਆਂ ਦੇ ਵਿੱਚ ਖੇਡਦਾ ਖੇਡਦਾ ਵਿਸ਼ਵ 'ਤੇ ਡੰਕਾ ਵਜਾ ਕੇ ਦੁਨੀਆ ਤੋਂ ਗਿਆ, ਭਾਈ ਉਹਦਾ ਬੇਰਹਿਮੀ ਦੇ ਨਾਲ ਤੁਹਾਡੇ ਸਾਹਮਣੇ ਬਾਹਰ ਦੇ ਭਈਆਂ ਨੇ ਆ ਕੇ ਕਤਲ ਕਰਤਾ, ਉਹ ਤੁਸੀਂ ਅੱਜ ਉਹਦੀਆਂ ਵਕਾਲਤਾਂ ਕਰਦੇ ਕਰਦੇ ਖੜ੍ਹੇ ਹੁੰਦੇ ਹੋ। ਮੈਨੂੰ ਆਪਦੇ ਪੰਥ 'ਤੇ ਆਪਦੇ ਭਾਈਚਾਰੇ 'ਤੇ ਵੀ ਯਾਰ ਕਈ ਵਾਰੀ ਅਫਸੋਸ ਯਾਰ ਹੁੰਦਾ ਇਸ ਗੱਲ ਦਾ, ਉਹ ਤੁਸੀਂ ਤਾਂ ਮੈਨੂੰ ਇਕੱਲਾ ਨਾ ਛੱਡੋ ਯਾਰ, ਕੀ ਫਰਕ ਪੈ ਜੂਗਾ ਤੁਹਾਨੂੰ ਜੇ ਇੱਕ ਕਲਾਇੰਟ ਦੀ ਫੀਸ ਨਾ ਦੇਊਂਗਾ ਤਾਂ? ਕਿੰਨੀਆਂ ਕੁ ਫੀਸਾਂ ਲੈ ਲਉਂਗੇ? ਪੈਸੇ ਤੁਹਾਨੂੰ ਇਹ ਬੜੇ ਦੇ ਦੇਣਗੇ, ਪਰ ਉਹਦੇ ਵਿੱਚ ਕਲਕਾਰੀਆਂ ਹੋਣਗੀਆਂ, ਉਹਦੇ 'ਚ ਮੇਰੀਆਂ ਸਹਾਗਣਾਂ ਦੇ ਸੰਧੂਰ ਹੋਣਗੇ ਜਿਹੜਾ ਤੁਹਾਨੂੰ ਇਹ ਪੈਸਾ ਦੇਣਗੇ। ਇਹ ਪੈਸਾ 11-21 ਝੋਨਾ ਲਾ ਕੇ ਨਹੀਂ ਕਮਾਉਂਦੇ, ਇਹ ਲੋਕਾਂ ਦੇ ਗਲ ਵੱਢ ਕੇ ਪੈਸਾ ਕਮਾਉਂਦੇ ਆ ਭਰਾਵੋ। ਇਹੋ ਜਿਹੇ ਲੀਡਰਾਂ ਨੂੰ, ਇਹੋ ਜਿਹੀਆਂ ਸਰਕਾਰਾਂ ਵਾਲਿਆਂ ਨੂੰ ਮੂੰਹ ਨਾ ਲਾਇਓ, ਆ ਕੱਲ੍ਹ ਨੂੰ ਤੁਹਾਡੇ ਕੋਲ ਇਲੈਕਸ਼ਨ ਆ ਜਾਣੀ ਹੈ, ਤੁਸੀਂ ਫਿਰ ਭੁੱਲ ਜਾਓਗੇ। ਮੇਰੇ ਹੀਰੇ ਵਰਗੇ ਲੱਖਾਂ ਹੀਰੇ ਰੋਲਣੇ ਇਹਨਾਂ ਨੇ ਸੱਥਾਂ ਦੇ ਵਿੱਚ, ਗਲੀਆਂ ਦੇ ਵਿੱਚ। ਅਸੀਂ ਸਾਰਾ ਕੁਝ ਛੱਡ ਛਡਾ ਕੇ ਜਿਹੜੇ ਅਮੈਰੀਕਾ ਵਰਗੇ ਮੁਲਕਾਂ ਨੂੰ ਲੋਕ ਡੌਂਕੀਆਂ ਲਾ ਲਾ ਕੇ, ਮੌਤ ਨਾਲ ਸਾਈਆਂ ਲਾ ਲਾ ਕੇ ਜਾਂਦੇ ਆ, ਉਹ ਅਸੀਂ ਉਹ ਸਭ ਕੁਝ ਛੱਡ ਕੇ ਆਪਦੇ ਖਿੱਤੇ 'ਚ ਆ ਗਏ ਸੀ, ਪਰ ਸਾਨੂੰ ਇਹਨਾਂ ਨੇ ਕਿਤੋਂ ਦਾ ਨਹੀਂ ਛੱਡਿਆ। ਐਡੇ ਵੱਡੇ ਮਹਿਲਾਂ ਨੂੰ ਜਿੰਦੇ ਲਾ ਕੇ ਤੁਰ ਗਏ, ਕਾਹਦੇ ਲਈ? ਕੀ ਚੱਕਿਆ ਸੀ ਕਿਸੇ ਦਾ ਸੀ? ਤਾਂ ਮੇਰੀ ਥੋੜ੍ਹੀ ਜਨਤਾ ਦੇ ਅੱਗੇ ਇੱਕੋ ਹੀ ਹੱਥ ਜੋੜ ਕੇ ਬੇਨਤੀ ਹੈ, ਆਇਆ ਬੈਠਾ ਕੇਜਰੀਵਾਲ, ਤੁਹਾਡੇ ਕੋਲ 100 ਗੱਪ ਮਾਰੂ ਗਰੰਟੀਆਂ ਦਾ, ਗਰੰਟੀ ਮੰਗ ਲਿਓ, ਇੱਕ ਮੰਗ ਲਿਓ ਸਾਹਾਂ ਦੀ, ਮੰਗ ਲਿਓ ਵੀ ਸਾਡੇ ਕਮਾ ਕੇ ਆਪੇ ਖਾ ਲਾਂਗੇ, ਅਸੀਂ ਤੁਹਾਡੇ ਮੰਗਤੇ ਨਹੀਂ ਤੁਹਾਡੇ ਦਰ ਦੇ ਉੱਤੇ, ਸਾਨੂੰ ਕਿਸੇ ਨੇ ਗਰੰਟੀ ਨਹੀਂ ਦਿੱਤੀ। ਮੈਂ ਆਪ ਇੱਕ ਲੇਬਰ ਕਲਾਸ ਦਾ ਵਿਅਕਤੀ ਹਾਂ, ਜੇ ਅੱਜ ਇੱਥੋਂ ਤੱਕ ਪਹੁੰਚਿਆ ਤਾਂ ਮੇਰੇ ਬੱਬਰ ਸ਼ੇਰ ਨੇ ਪਹੁੰਚਾਇਆ ਮੈਨੂੰ, ਮੈਨੂੰ ਐਜੂਕੇਸ਼ਨ ਨੇ ਪਹੁੰਚਾਇਆ, ਮੇਰੇ ਪਰਿਵਾਰ 'ਚ ਪੜ੍ਹਾਈ ਲਿਖਾਈ ਆਈ ਸੀ, ਤਰੱਕੀ ਕੀਤੀ, ਉਹਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ, ਤੁਹਾਡੀਆਂ ਗਰੰਟੀਆਂ ਨਹੀਂ ਨਹੀਂ ਤੁਹਾਨੂੰ ਤਾਂ ਆਪਦੇ ਆਪ ਨਹੀਂ ਸਮਝਦੇ, ਤੁਸੀਂ ਸਾਨੂੰ ਕਿੱਥੋਂ ਸਾਂਭ ਲਓਗੇ? ਤਾਂ ਤੁਹਾਡੇ ਚਰਨਾਂ 'ਚ ਇੱਕੋ ਹੀ ਬੇਨਤੀ ਕਰਦਾ, ਤੁਹਾਡੇ ਦਰਾਂ ਦੇ ਚੱਲ ਕੇ ਆਉਣਗੇ, ਇਹਨਾਂ ਨੂੰ ਸਵਾਲ ਲਾਜ਼ਮੀ ਪੁੱਛਿਓ, ਸਿੱਧੂ ਮੂਸੇਵਾਲੇ ਨੇ ਕੀ ਕਸੂਰ ਕੀਤਾ ਸੀ? ਕਿਉਂ ਤੁਹਾਡੇ ਭਈਏ ਮਹੀਨਾ ਵਧੀ ਉਹਦੇ ਬਾਰ ਦੇ ਵਿੱਚ AK-47 ਗ੍ਰਨੇਡ ਲੈ ਕੇ ਸਾਡੇ ਘਰ ਦੇ ਆਸੇ ਪਾਸੇ ਘੁੰਮਦੇ ਰਹੇ? ਕੀ ਗੁਨਾਹ ਸੀ ਸਾਡਾ?